ਸਵੇਰੇ ਸੰਡੇ ਨੂੰ ਰੰਗੋਲੀ ਆਉਂਦੀ ਹੁੰਦੀ ਸੀ, ਉੱਤੇ ਫਿਲਮਾਂ ਦੇ ਗੀਤ ਚੱਲਦੇ ਸੀ ਤੇ ਲਸ਼ਕਾਰੇ ਦੀ ਵੇਟ ਹੁੰਦੀ ਸੀ। ਹਫ਼ਤੇ ਬਾਅਦ ਹੈ ਨਾ ਸਾਰੀ ਫੈਮਿਲੀ ਕੰਮ ਕੁੰਮ ਨਵੇੜ ਕੇ ਬਹਿ ਜਾਂਦੇ ਸੀ ਉੱਤੇ। ਕਈ ਵਾਰੀ ਮੌਕੇ 'ਤੇ ਲਾਈਟ ਚਲੀ ਜਾਂਦੀ ਸੀ, ਇੰਨਾ ਗੁੱਸਾ ਚੜ੍ਹਦਾ ਸੀ ਯਾਰ ਕਿਉਂ ਚਲੀ ਗਈ ਲਾਈਟ। ਫਿਰ ਕੋਠੇ 'ਤੇ ਚੜ੍ਹ ਜਾਣਾ ਕਈਆਂ ਨੇ, ਉੱਤੋਂ ਜਾ ਕੇ ਆਪਣਾ ਕੀੜੀਆਂ ਜਿਹੀਆਂ ਆਉਂਦੀਆਂ ਰਹਿੰਦੀਆਂ ਸੀਗੀਆਂ ਵਿੱਚ, ਹਾਂ ਘੁਮਾ ਦੇ ਆਉਣ ਦੇ ਉਹ ਯਾਰ ਉਹ ਰੋਕ ਦੇ ਆਏ ਹਾਏ ਹੈ ਨਾ, ਮਤਲਬ ਏਦਾਂ ਹੁੰਦਾ ਸੀਗਾ। ਇਹ ਵੀ ਇੱਕ ਸਟਰਗਲ ਹੁੰਦਾ ਸੀ ਆਪਣੇ ਆਪ ਦੇ ਵਿੱਚ, ਸਟਰਗਲ ਹੁੰਦਾ ਸੀ। ਮੈਂ ਕਿਹਾ ਜੇ ਹਰ ਜੇ ਚੈਨਲ ਚੱਲ ਗਿਆ ਹਲਕਾ ਜਿਹਾ ਵੀ ਹੈ ਨਾ, ਏਦਾਂ ਲੱਗਦਾ ਸੀ ਬਹੁਤ ਕੁਝ ਅਚੀਵ ਕਰ ਲਿਆ। ਸਾਡੇ ਘਰ ਟੈਲੀਵਿਜ਼ਨ ਬਹੁਤ ਲੇਟ ਆਇਆ, ਆਪਾਂ ਤਰਸਦੇ ਹੁੰਦੇ ਸੀ। ਮੇਰੀ ਬੇਬੇ ਕਹਿੰਦੀ ਸੀ ਵੀ ਬੱਚਿਆਂ ਦੀ ਪੜ੍ਹਾਈ 'ਤੇ ਮਾੜਾ ਅਸਰ ਪਊਗਾ, ਤਾਂ ਕਾਫ਼ੀ ਲੇਟ ਲੈ ਕੇ ਆਇਆ। ਪੜੋਸੀਆਂ ਦੇ ਸਾਡੇ ਲੱਗਿਆ ਹੁੰਦਾ ਸੀਗਾ, ਉੱਥੇ ਆਪਣੇ ਸ਼ਕਤੀਮਾਨ ਦੇਖਣ ਜਾਂਦੇ ਹੁੰਦੇ ਸੀਗੇ ਚੋਰੀ ਚੋਰੀ। ਮੇਰਾ ਫੇਵਰੇਟ ਸ਼ੋਅ ਕਪਿਲ ਸ਼ਰਮਾ ਸ਼ੋਅ ਮੈਂ ਬਹੁਤ ਜ਼ਿਆਦਾ ਦੇਖਦਾ ਹੈ ਨਾ, ਕਿਉਂਕਿ ਦੁਨੀਆ 'ਤੇ ਨੈਗੇਟਿਵਿਟੀ ਬਹੁਤ ਜ਼ਿਆਦਾ ਅਤੇ ਬੰਦੇ ਦਾ ਦਿਲ ਕਰਦਾ ਹੱਸਣ ਦਾ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਦੋਸਤੋ, ਕੁਝ ਚੀਜ਼ਾਂ ਨਾ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੀਆਂ ਨੇ ਬਚਪਨ ਤੋਂ ਲੈ ਕੇ ਐਂਡ ਤੱਕ, ਉਹਨਾਂ ਚੀਜ਼ਾਂ ਦੀ ਆਪਣੀ ਇੱਕ ਮੈਮਰੀ, ਇੱਕ ਸਟੋਰੀ ਬਣ ਜਾਂਦੀ ਹੈ। ਸੋ ਅੱਜ ਬੇਸਿਕਲੀ ਅਸੀਂ ਗੱਲ ਕਰਾਂਗੇ ਟੈਲੀਵਿਜ਼ਨ ਦੀ, ਕਿ ਟੈਲੀਵਿਜ਼ਨ ਇੱਕ ਸੋਰਸ ਸੀ ਜੋ ਮੈਨੂੰ ਇੱਦਾਂ ਲੱਗਦਾ ਇੱਕ ਟਾਈਮ 'ਤੇ ਸਾਰੇ ਪਰਿਵਾਰ ਨੂੰ, ਸਾਰੇ ਪਿੰਡ ਨੂੰ ਇਕੱਠਾ ਕਰਦਾ ਸੀ। ਔਰ ਅੱਜ ਵੇਖ ਲਓ ਹਰ ਇੱਕ ਦੇ ਕਮਰੇ ਦੇ ਵਿੱਚ LED ਲੱਗੀ ਹੋਈ ਹੈ। ਬੇਸਿਕਲੀ ਇਹ ਇੱਕ ਆਪਣੇ ਆਪ ਦੇ ਵਿੱਚ ਜਰਨੀ ਹੈ। ਸੋ ਟੈਲੀਵਿਜ਼ਨ ਦੀ ਬਹੁਤ ਸਾਰੀ ਗੱਲਾਂ ਬਾਤਾਂ ਅਸੀਂ ਕਰਾਂਗੇ ਉਹਨਾਂ ਦੇ ਨਾਲ ਜੋ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਹੀ ਕਮਾਲ ਦੇ ਕਲਾਕਾਰ ਔਰ ਇਨਸਾਨ ਵੀ ਇਹੋ ਜਿਹੇ ਕਿ ਬਹੁਤ ਲੋਕਾਂ ਨੂੰ ਸੇਧ ਦਿੰਦੇ ਨੇ। ਉਹਨਾਂ ਦਾ ਲਾਈਫ ਸਟਾਈਲ ਦੇਖ ਲਓ, ਉਹਨਾਂ ਦਾ ਲਿਵਿੰਗ ਸਟਾਈਲ ਦੇਖ ਲਓ, ਪਿੰਡ ਨਾਲ ਜੁੜੇ ਹੋਣ ਦੀ ਗੱਲ ਕਰ ਲਓ। ਸੋ ਮੈਨੂੰ ਲੱਗਦਾ ਤੁਸੀਂ ਪਛਾਣ ਹੀ ਗਏ ਹੋਵੋਗੇ। ਬਿਲਕੁਲ ਗੱਲ ਕਰ ਰਹੀ ਹਾਂ ਰੇਸ਼ਮ ਸਿੰਘ ਅਨਮੋਲ ਜੀ ਦੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਪਹਿਲੇ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ। ਅਤੇ ਦੂਸਰਾ, ਜਿੱਦਾਂ ਕਿ ਮੈਂ ਕਿਹਾ ਕਿ ਇੱਕ ਸੇਧ ਦੇਣ ਵਾਲੀ ਗੱਲ ਹੈ ਨਾ, ਅਸੀਂ ਹਮੇਸ਼ਾ ਹੀ ਦੇਖਦੇ ਹਾਂ ਕਿ ਪਿੰਡ ਦੇ ਵਿੱਚ ਜਿਹੜਾ ਹੈਗਾ ਤੁਸੀਂ ਕੁਛ ਨਾ ਕੁਛ ਆਪਣਾ ਜਦੋਂ ਮੌਕਾ ਮਿਲਦਾ ਪਹਿਲੇ ਤਾਂ ਤੁਸੀਂ ਪਿੰਡ ਚਲੇ ਜਾਂਦੇ ਹੋ ਹੈ ਨਾ, ਔਰ ਫਿਰ ਉੱਥੇ ਜਾ ਕੇ ਉੱਥੋਂ ਦਾ ਲਿਵਿੰਗ ਸਟਾਈਲ ਤੁਹਾਨੂੰ। ਰੇਸ਼ਮ ਜੀ, ਪੂਰੀ ਦੁਨੀਆ ਤੁਸੀਂ ਘੁੰਮੀ ਹੈ, ਪਿੰਡ ਦੇ ਵਿੱਚ ਕੀ ਹੈ ਜੋ ਬਾਕੀ ਜਗ੍ਹਾ 'ਤੇ ਮਿਸਿੰਗ ਹੁੰਦਾ? ਇਕੱਲੀ ਪਿੰਡ ਦੀ ਗੱਲ ਨਹੀਂ, ਜਿੱਥੇ ਵੀ ਕੋਈ ਜੰਮਿਆ, ਚਾਹੇ ਕੋਈ ਝੌਂਪੜੀ ਵੀ ਹੈ ਨਾ, ਜਿੱਥੇ ਉਹ ਜੰਮਿਆ ਉਹਦਾ ਜਿਹੜਾ ਫੀਲ ਹੈ, ਉਹਦਾ ਪਿਆਰ ਹੈ, ਉਸ ਮਿੱਟੀ ਨਾਲ ਜਿਹੜੀ ਅਟੈਚਮੈਂਟ ਹੈ ਉਹ ਵੱਖਰੀ ਹੁੰਦੀ ਹੈ ਹਮੇਸ਼ਾ। ਹੁਣ ਸਾਨੂੰ ਕਲਾਕਾਰ ਹੋਣ ਕਰਕੇ ਦੁਨੀਆ ਘੁੰਮਣ ਦਾ ਟਾਈਮ ਮਿਲਦਾ, ਹਰ ਇੱਕ ਕੰਟਰੀ ਦੇ ਵਿੱਚ ਆਪਾਂ ਜਾਂਦੇ ਹਾਂ। ਜਦੋਂ ਬਾਹਰ ਜਾਂਦੇ ਉਦੋਂ ਜ਼ਿਆਦਾ ਖਿੱਚ ਪੈਂਦੀ ਹੈ ਘਰ ਦੀ, ਜਿੱਦਾਂ ਦਾ ਵੀ ਮਰਜ਼ੀ ਹੈ ਤੁਹਾਡਾ ਹੈ ਨਾ, ਚਾਹੇ ਕੱਚਾ ਕੋਠਾ ਹੀ ਹੈ ਕੋਈ, ਉੱਥੇ ਰਹਿਣ ਦੀ ਜਿਹੜੀ ਫੀਲਿੰਗ ਹੈ ਉਹ ਆਈ ਥਿੰਕ ਜਿੱਥੇ ਆਪਾਂ ਜੰਮੇ ਹੁੰਦੇ ਹਾਂ ਬਚਪਨ ਸਾਡਾ ਬੀਤਿਆ ਹੁੰਦਾ ਉਹ ਚੀਜ਼ ਸਾਨੂੰ ਖਿੱਚਦੀ ਹੈ ਸਾਰਿਆਂ ਨੂੰ, ਤਾਂ ਵਧੀਆ ਲੱਗਦਾ ਉੱਥੇ ਯਾਰ ਜੀ। ਅੱਛਾ, ਮੈਂ ਟੈਲੀਵਿਜ਼ਨ ਦੀ ਜਿਵੇਂ ਗੱਲ ਕੀਤੀ, ਟੈਲੀਵਿਜ਼ਨ ਕਿੰਨਾ ਕੁ ਤੁਹਾਨੂੰ ਅਟਰੈਕਟ ਕਰਦਾ ਰਿਹਾ, ਕਿੰਨਾ ਕੁ ਆਕਰਸ਼ਿਤ ਕਰਦਾ ਰਿਹਾ? ਮੈਨੂੰ ਯਾਦ ਹੈ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀਗਾ ਹੈ ਨਾ, ਫਿਲਮਾਂ ਆਉਂਦੀਆਂ ਸੀ ਗੁੱਗੂ ਗਿੱਲ ਸਾਹਿਬ ਦੀਆਂ ਹੈ ਨਾ, ਬਦਲਾ ਜੱਟੀ ਦਾ, ਜੋਣਾ ਮੋੜ, ਇਹ ਫਿਲਮਾਂ, ਅਤੇ ਦੋ ਦੋ ਰੁਪਏ, ਦਸ ਦਸ ਰੁਪਏ ਇਕੱਠੇ ਕਰਕੇ VCR ਲੈ ਕੇ ਆਉਣਾ। ਦੂਰਦਰਸ਼ਨ ਜਲੰਧਰ ਚੱਲਦਾ ਹੁੰਦਾ ਸੀਗਾ, ਉੱਥੇ ਇੱਕ ਲਿਸ਼ਕਾਰਾ ਪ੍ਰੋਗਰਾਮ ਆਉਂਦਾ ਹੁੰਦਾ ਸੀ ਨਾ, ਉਹਦਾ ਹੀ ਇੰਨਾ ਕਰੇਜ਼ ਹੁੰਦਾ ਸੀ। ਇੱਕ ਸਵੇਰੇ ਸੰਡੇ ਨੂੰ ਰੰਗੋਲੀ ਆਉਂਦੀ ਹੁੰਦੀ ਸੀ, ਉੱਤੇ ਫਿਲਮਾਂ ਦੇ ਗੀਤ ਚੱਲਦੇ ਸੀ ਅਤੇ ਲਿਸ਼ਕਾਰੇ ਦੀ ਵੇਟ ਹੁੰਦੀ ਸੀ। ਹਫ਼ਤੇ ਬਾਅਦ ਹੈ ਨਾ ਸਾਰੀ ਫੈਮਿਲੀ ਕੰਮ ਕੁੰਮ ਨਵੇੜ ਕੇ ਬਹਿ ਜਾਂਦੇ ਸੀ ਉੱਤੇ। ਕਈ ਵਾਰੀ ਮੌਕੇ 'ਤੇ ਲਾਈਟ ਚਲੀ ਜਾਂਦੀ ਸੀ, ਇੰਨਾ ਗੁੱਸਾ ਚੜ੍ਹਦਾ ਸੀ ਯਾਰ ਕਿਉਂ ਚਲੀ ਗਈ ਲਾਈਟ। ਫਿਰ ਕੋਠੇ 'ਤੇ ਚੜ੍ਹ ਜਾਣਾ ਕਈਆਂ ਨੇ, ਉੱਤੋਂ ਜਾ ਕੇ ਆਪਣਾ ਕੀੜੀਆਂ ਜਿਹੀਆਂ ਆਉਂਦੀਆਂ ਰਹਿੰਦੀਆਂ ਸੀਗੀਆਂ ਵਿੱਚ, ਹਾਂ ਘੁਮਾ ਦੇ ਆਉਣ ਦੇ ਉਹ ਯਾਰ ਉਹ ਰੋਕ ਦੇ ਆਏ ਹਾਏ ਹੈ ਨਾ, ਮਤਲਬ ਏਦਾਂ ਹੁੰਦਾ ਸੀਗਾ। ਇਹ ਵੀ ਇੱਕ ਸਟਰਗਲ ਹੁੰਦਾ ਸੀ ਆਪਣੇ ਆਪ ਦੇ ਵਿੱਚ, ਸਟਰਗਲ ਹੁੰਦਾ ਸੀ। ਮੈਂ ਕਿਹਾ ਜੇ ਹਰ ਜੇ ਚੈਨਲ ਚੱਲ ਗਿਆ ਹਲਕਾ ਜਿਹਾ ਵੀ ਹੈ ਨਾ, ਏਦਾਂ ਲੱਗਦਾ ਸੀ ਬਹੁਤ ਕੁਝ ਅਚੀਵ ਕਰ ਲਿਆ ਜੀ, ਮਤਲਬ ਖੁਸ਼ੀ ਬਹੁਤ ਮਿਲਦੀ ਸੀ। ਅੱਜ ਕੱਲ੍ਹ ਤਾਂ ਬਹੁਤ ਵੱਡਾ ਆਪਾਂ ਗੱਡੀਆਂ ਲੈ ਲਈਏ ਕੁਛ ਜਾਂ ਥੀਏਟਰ ਚਲੇ ਜਾਈਏ ਤਾਂ ਨਹੀਂ ਉਨਾ ਮਜ਼ਾ ਆਉਂਦਾ ਸੀਗਾ। ਬਿਲਕੁਲ ਬਿਲਕੁਲ, ਛੋਟੀ ਛੋਟੀਆਂ ਚੀਜ਼ਾਂ ਤੋਂ ਖੁਸ਼ੀਆਂ ਮਿਲਦੀਆਂ ਸੀ। ਹਾਂਜੀ, ਕਦੀ ਕੁਛ ਇੱਦਾਂ ਹੋਇਆ ਫਿਲਮ ਦੇਖਣ ਕਰਕੇ ਜਾਂ ਕੋਈ ਮਤਲਬ ਸ਼ੋਅ ਵੇਖਣ ਕਰਕੇ ਹੈ ਨਾ, ਤੁਸੀਂ ਸਕੂਲ ਬੰਕ ਕਰਤਾ, ਮਿਸ ਕਰਤਾ, ਜਾਂ ਘਰੇ ਪੜ੍ਹਨ ਨੂੰ ਕਿਹਾ ਅਤੇ ਮਾਰ ਵੀ ਪਈ ਹੈ, ਡਾਂਟ ਵੀ ਪਈ ਹੈ ਟੈਲੀਵਿਜ਼ਨ ਕਰਕੇ? ਐਕਚੁਅਲੀ ਸਾਡੇ ਘਰ ਟੈਲੀਵਿਜ਼ਨ ਬਹੁਤ ਲੇਟ ਆਇਆ, ਆਪਾਂ ਤਰਸਦੇ ਹੁੰਦੇ ਸੀ। ਮੇਰੀ ਬੇਬੇ ਕਹਿੰਦੀ ਸੀ ਵੀ ਬੱਚਿਆਂ ਦੀ ਪੜ੍ਹਾਈ 'ਤੇ ਮਾੜਾ ਅਸਰ ਪਊਗਾ, ਓਕੇ, ਤਾਂ ਕਾਫ਼ੀ ਲੇਟ ਲੈ ਕੇ ਆਇਆ। ਪੜੋਸੀਆਂ ਦੇ ਸਾਡੇ ਲੱਗਿਆ ਹੁੰਦਾ ਸੀਗਾ, ਉੱਥੇ ਆਪਣੇ ਸ਼ਕਤੀਮਾਨ ਦੇਖਣ ਜਾਂਦੇ ਹੁੰਦੇ ਸੀਗੇ ਚੋਰੀ ਚੋਰੀ। ਕਈ ਵਾਰੀ ਹੈ ਨਾ ਘਰੇ ਆ ਕੇ ਫੀਲਿੰਗ ਲੈਣੀ ਸ਼ਕਤੀਮਾਨ, ਘੁੰਮ ਕੇ ਹੈ ਨਾ ਡਿੱਗ ਪੈਣਾ, ਸੱਟ ਸੁੱਟ ਖਾ ਲੈਣੀ, ਕਈ ਵਾਰੀ ਬੇਬੇ ਨੇ ਚਪੇੜਾਂ ਲਾ ਦੇਣੀਆਂ ਉੱਤੋਂ ਜੀ, ਤਾਂ ਬੜਾ ਵਧੀਆ ਲੱਗਦਾ ਜਦੋਂ ਯਾਦਾਂ ਤਾਜ਼ੀਆਂ ਕਰਦੀਆਂ। ਜਾਂ ਯੂਟਿਊਬ 'ਤੇ ਹਜੇ ਸ਼ਕਤੀਮਾਨ ਦੇਖਦੇ ਹਾਂ, ਇੱਕ ਮੂਗਲੀ ਆਉਂਦਾ ਹੁੰਦਾ ਸੀਗਾ, ਜੰਗਲ ਬੁੱਕ ਹੈ ਨਾ, ਉਹ ਬੜੀ ਵਧੀਆ ਲੱਗਦੀ ਸੀ। ਹੁਣ ਜਦੋਂ ਥੀਏਟਰ ਦੇ ਵਿੱਚ ਵੀ ਜੰਗਲ ਬੁੱਕ ਦੁਬਾਰੇ ਆਈ ਹੈ ਤਾਂ ਸਭ ਤੋਂ ਪਹਿਲਾਂ ਗਿਆ ਸੀ ਵੇਖਣ। ਅੱਛਾ, ਇੰਨਾ ਤੁਹਾਨੂੰ ਪਸੰਦ ਆ? ਓਕੇ, ਅੱਛਾ
ਕਿਹੜਾ ਕਿਹੜਾ ਜੇ ਅੱਜ ਤੁਹਾਨੂੰ ਵੈਸੇ ਤਾਂ ਹੁਣ YouTube ਦੇ ਉੱਤੇ ਸਾਰਾ ਕੁਝ ਹੀ ਤੁਸੀਂ ਅਵੇਲ ਕਰ ਸਕਦੇ ਹੋ ਬਟ ਜੇ ਟੈਲੀਵਿਜ਼ਨ ਦੀ ਖਾਸ ਗੱਲ ਕੀਤੀ ਜਾਵੇ ਅਨਡਾਊਟਡਲੀ ਸਮਾਰਟ ਟੀਵੀ ਆ ਚੁੱਕੇ ਨੇ ਹੈ ਨਾ ਲੇਕਿਨ ਕਿਹੜਾ ਸ਼ੋਅ ਹੈ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਅੱਜ ਵੀ ਆਉਣਾ ਚਾਹੀਦਾ ਹੈ ਅਤੇ ਤੁਸੀਂ ਸਭ ਤੋਂ ਪਹਿਲਾਂ ਵੇਖੋਗੇ ਇੱਕ ਤਾਂ ਸ਼ੋਅ ਦੀ ਗੱਲ ਜੇ ਆਪਾਂ ਜਾਂ ਟੀਵੀ ਦੀ ਗੱਲ ਆਪਾਂ ਕਰਦੇ ਹਾਂ ਹੈ ਨਾ ਅੱਜ ਕੱਲ੍ਹ ਜਿੰਨੇ ਟੀਵੀ ਚੈਨਲ ਹੋ ਗਏ ਆ 80% ਤਾਂ ਸਾਡੇ ਬ੍ਰੇਨ ਵਾਸ਼ ਲਈ ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ ਜੀ ਹੁਣ ਦਾ ਜਿਹੜਾ ਟੀਵੀ ਹੈ ਅੱਜ ਤੋਂ 15-20 ਸਾਲ ਪੁਰਾਣਾ ਜਿਹੜਾ ਟੀਵੀ ਸੀ ਬਹੁਤ ਫਰਕ ਆ ਚੁੱਕਿਆ ਇਹਦੇ 'ਚ ਹੈ ਨਾ ਅੱਜ ਕੱਲ੍ਹ ਜਿਹੜੇ 80% ਸਪੈਸ਼ਲੀ ਜੇ ਆਪਾਂ ਨੈਸ਼ਨਲ ਮੀਡੀਆ ਦੀ ਗੱਲ ਕਰੀਏ ਜਾਂ ਟੀਵੀ ਚੈਨਲਾਂ ਦੀ ਗੱਲ ਕਰੀਏ ਹਰ ਇੱਕ ਚੀਜ਼ ਕਮਰਸ਼ਲਾਈਜ਼ ਹੋ ਗਈ ਹੈ ਨਿਊਜ਼ ਵੀ ਕਮਰਸ਼ਲਾਈਜ਼ ਹੋ ਗਏ ਆ ਐਂਟਰਟੇਨਮੈਂਟ ਤਾਂ ਹੈ ਹੀ ਹੈ ਪਹਿਲਾਂ ਤੋਂ ਹੀ ਤਾਂ ਅੱਜ ਕੱਲ੍ਹ ਮੈਨੂੰ ਲੱਗਦਾ ਹੈ ਟੀਵੀ ਦੇਖਣਾ ਇੰਨਾ ਵਰਥ ਨਹੀਂ ਹੈਗਾ ਅਤੇ ਨਾ ਹੀ ਮੈਂ ਦੇਖਦਾ ਅੱਜ ਕੱਲ੍ਹ ਜ਼ਮਾਨਾ ਹੈਗਾ ਯੂਟਿਊਬ ਦਾ ਜਾਂ OTT ਪਲੇਟਫਾਰਮ ਹੈਗੇ ਆ ਉੱਥੇ ਜੋ ਤੁਸੀਂ ਜੋ ਤੁਹਾਡਾ ਇੰਟਰਸਟ ਹੈ ਉੱਥੇ ਤੁਸੀਂ ਐਜੂਕੇਸ਼ਨ ਵੀ ਲੈ ਸਕਦੇ ਹੋ ਤੁਸੀਂ ਵਧੀਆ ਸੰਸਕਾਰ ਵੀ ਸਿੱਖ ਸਕਦੇ ਹੋ ਵਧੀਆ ਗੱਲਾਂ ਤੁਸੀਂ ਨੌਲੇਜ ਵੀ ਦੇਖ ਸਕਦੇ ਹੋ ਪਰ ਟੀਵੀ ਚੈਨਲ ਅੱਜ ਕੱਲ੍ਹ ਜਿੱਦਾਂ ਬਿਗ ਬੌਸ ਦੀ ਗੱਲ ਕਰ ਲਓ ਉੱਥੇ ਲੜਾਈ ਝਗੜਾ ਗਾਲਾਂ ਇੱਕ ਦੂਜੇ ਦੀ ਇਨਸਲਟ ਇੱਦਾਂ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਨੇ ਉੱਦਾਂ ਮੇਰਾ ਫੇਵਰੇਟ ਸ਼ੋਅ ਕਪਿਲ ਸ਼ਰਮਾ ਸ਼ੋਅ ਮੈਂ ਬਹੁਤ ਜ਼ਿਆਦਾ ਦੇਖਦਾ ਹੈ ਨਾ ਕਿਉਂਕਿ ਦੁਨੀਆ 'ਤੇ ਨੈਗੇਟਿਵਿਟੀ ਬਹੁਤ ਜ਼ਿਆਦਾ ਅਤੇ ਬੰਦੇ ਦਾ ਦਿਲ ਕਰਦਾ ਹੱਸਣ ਦਾ ਬਿਲਕੁਲ ਉਹ ਸ਼ੋਅ ਮੈਂ ਦੇਖਦਾ ਜਾਂ ਇੱਕ ਸ਼ੋਅ ਆਉਂਦਾ ਹੁੰਦਾ ਸੀਗਾ ਉਹੀ ਮੋਗਲੀ ਉਹ ਹੁਣ ਕੱਲ੍ਹ ਫਿਲਮਾਂ 'ਚ ਆ ਗਿਆ ਵੈਸੇ ਅੱਜ ਕੱਲ੍ਹ ਟਾਈਮ ਹੀ ਨਹੀਂ ਉੱਦਾਂ ਦਾ ਦੇਖਣ ਦਾ ਹੁਣ ਇੱਦਾਂ ਕਰਦੇ ਹਾਂ ਕਿ ਜਦੋਂ ਆਪਾਂ ਜਿੰਮ ਜਾ ਰਹੇ ਹਾਂ ਉਦੋਂ 1 ਘੰਟਾ ਕਾਰਡੀਓ ਕਰਨੀ ਆ ਉੱਥੇ ਜਾਂ ਤਾਂ ਕੋਈ ਸ਼ੋਅ ਲਾ ਲਿਆ ਜਾਂ ਮੂਵੀ ਲਾ ਲਈ ਨਾਲ ਨਾਲ ਮੋਬਾਈਲ 'ਤੇ ਅਤੇ ਇੱਦਾਂ ਸਿਸਟਮ ਹੈ ਅਤੇ ਮੈਂ ਲੋਕਾਂ ਨੂੰ ਕਹਾਂਗਾ ਟੀਵੀ ਨਾ ਦੇਖਿਆ ਕਰੋ ਅੱਜ ਕੱਲ੍ਹ ਨਹੀਂ ਦੇਖਿਆ ਕਰੋ ਨਹੀਂ ਦੇਖਣਾ ਚਾਹੀਦਾ ਤੁਸੀਂ OTT ਪਲੇਟਫਾਰਮ 'ਤੇ ਆਪਣੀ ਫੇਵਰੇਟ ਮੂਵੀ ਸ਼ੋਅ ਉੱਥੇ ਦੇਖ ਲਓ ਅਤੇ ਟੀਵੀ ਚੈਨਲ ਤਾਂ ਬ੍ਰੇਨ ਵਾਸ਼ ਕਰ ਰਹੇ ਨੇ ਅੱਜ ਕੱਲ੍ਹ ਏਜੰਡੇ ਚੱਲ ਰਹੇ ਨੇ ਉੱਥੇ ਧਰਮਾਂ ਦੇ ਨਾਵਾਂ 'ਤੇ ਡਿਬੇਟ ਚੱਲ ਰਹੀ ਹੈ ਸਾਨੂੰ ਲੜਾਇਆ ਜਾ ਰਿਹਾ ਔਰ ਗਲਤ ਚੀਜ਼ਾਂ ਦੀ ਪ੍ਰਮੋਸ਼ਨ ਕੀਤੀ ਜਾ ਰਹੀ ਹੈ ਨਾ ਉੱਥੇ ਤਾਂ ਯੂਟਿਊਬ ਦੇਖੋ OTT ਪਲੇਟਫਾਰਮ ਦੇਖੋ ਆਪਣੇ ਮਤਲਬ ਦੀਆਂ ਚੀਜ਼ਾਂ ਦੇਖੋ ਜੀ ਸੋ ਜਦੋਂ ਤੁਸੀਂ ਕਿਹਾ ਕਿ ਤੁਸੀਂ ਗਵਾਂਢ ਜਾਂਦੇ ਹੁੰਦੇ ਸੀਗੇ ਟੀਵੀ ਵੇਖਣ ਵਾਸਤੇ ਨਾ ਟੈਲੀਵਿਜ਼ਨ ਜਦੋਂ ਪਹਿਲੀ ਵਾਰ ਆਇਆ ਸੀਗਾ ਉਹ ਇੱਕ ਖੁਸ਼ੀ ਕੀ ਸੀਗੀ ਮੇਰੀ ਜ਼ਿੰਦਗੀ ਦੇ ਨਾਲ ਨਾ 3-4 ਖੁਸ਼ੀਆਂ ਨੇ ਇਕੱਲੀ ਟੈਲੀਵਿਜ਼ਨ ਦੀ ਨਹੀਂ ਇੱਕ ਸਾਡੇ ਘਰ ਨਾ ਵੈਸਪਾ ਸਕੂਟਰ ਆਇਆ ਸੀ ਅੱਛਾ ਸਭ ਤੋਂ ਪਹਿਲਾਂ ਜਦੋਂ ਲਿਆ ਸੀ ਨਾ 1 ਹਫ਼ਤਾ ਨਾ ਨੀਂਦ ਨਹੀਂ ਆਈ ਸਾਡੇ ਟੱਬਰ ਨੂੰ ਮੈਨੂੰ ਮੇਰੇ ਭਰਾਵਾਂ ਨੂੰ ਇੱਦਾਂ ਲੱਗਦਾ ਸੀ ਕਿ ਹੈ ਨਾ ਪਤਾ ਨਹੀਂ ਕੀ ਲੈ ਲਿਆ ਜੀ ਹੁਣ ਹੈ ਨਾ ਪਿੱਛੇ ਜੇ ਗੱਡੀ ਲੈ ਕੇ ਆਇਆ ਰੇਂਜ ਰੋਵਰ ਕੋਈ ਚਾਹ ਨਹੀਂ ਉਹਦਾ ਓਕੇ ਜਿਹੜਾ ਉਸ ਵੈਸਪਾ ਸਕੂਟਰ ਦਾ ਇੱਕ ਆਪਾਂ ਨੇ ਮਹਿੰਦਰਾ ਟਰੈਕਟਰ ਲਿਆ ਸੀਗਾ ਅੱਛਾ ਜੀ ਇਹ ਗੱਲ ਹੈ ਆਈ ਥਿੰਕ 97-98 ਦੀ ਗੱਲ ਹੈ ਛੋਟਾ ਜਿਹਾ ਹੁੰਦਾ ਸੀਗਾ ਮਹਿੰਦਰਾ ਟਰੈਕਟਰ ਲੈ ਕੇ ਆਏ ਆ ਉਦੋਂ ਕਈ ਦਿਨ ਸਾਨੂੰ ਚਾਹ ਚੜਿਆ ਰਿਹਾ ਜੀ ਤਾਂ ਉਹ ਖੁਸ਼ੀਆਂ ਅੱਜ ਕੱਲ੍ਹ ਅਲੋਪ ਹੋ ਗਈਆਂ ਪਤਾ ਨਹੀਂ ਤਾਂ ਜਿਹੜਾ ਬਚਪਨ ਹੁੰਦਾ ਛੋਟੀਆਂ ਛੋਟੀਆਂ ਚੀਜ਼ਾਂ ਲਈ ਕਰੇਜ਼ ਹੁੰਦਾ ਉਦੋਂ ਅਤੇ ਉਹ ਯਾਦਾਂ ਨੇ ਅਤੇ ਟੈਲੀਵਿਜ਼ਨ ਕਾਫੀ ਟਾਈਮ ਲੇਟ ਲੱਗਿਆ ਕਰੇ ਇੱਕ ਅਲਫ ਲੈਲਾ ਆਉਂਦਾ ਹੁੰਦਾ ਸੀ ਹਾਂਜੀ 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 ਹੈ ਨਾ ਹੁਣ ਤਾਂ ਉਹ ਐਨੀਮੇਸ਼ਨ ਜੀ ਤੁਹਾਨੂੰ ਲੱਗਦੀ ਹੈ ਨਾ ਜਦੋਂ ਇੱਕ ਵਿਕਰਮ ਬੇਤਾਲ ਜਾਂ ਅਲਫ ਲੈਲਾ 'ਚ ਹੈ ਨਾ ਉਹ ਕਰਤਵ ਜੇ ਦਿਖਾਉਂਦੇ ਸੀ ਐਨੀਮੇਸ਼ਨ ਸਾਨੂੰ ਲੱਗਦਾ ਸੀ ਯਾਰ ਕਿਹੜੀ ਜਦੋਈ ਸ਼ਕਤੀ ਹੈ ਨਾ ਕੋਲ ਬਿਲਕੁਲ ਬਾਅਦ 'ਚ ਉਹਨੂੰ ਆਪਾਂ ਆਪਸ ਦੇ ਵਿੱਚ ਟਰਾਈ ਕਰਦੇ ਸੀ ਹਾਂਜੀ ਚਟਾਈ ਇੱਦਾਂ ਲੱਗਦਾ ਸੀਗਾ ਸਾਨੂੰ ਵੀ ਕੋਈ ਮਿਲ ਜਿਹੜੀ ਉਹ ਚਟਾਈ ਉਡਣ ਕਟੋਲਣਾ ਜਾਂ ਹੁੰਦੀ ਸੀ ਉਹਦੇ ਤੇ ਉੱਡ ਕੇ ਜਾਂਦੇ ਸੀ ਰਾਈਟ ਸੋ ਸੋਹਣੀਆਂ ਯਾਦਾਂ ਜਿਹੜੀਆਂ ਨੇ ਜ਼ਿੰਦਗੀ ਦੇ ਵਿੱਚ ਜੁੜੀਆਂ ਰਹਿੰਦੀਆਂ ਨੇ ਹੈ ਨਾ ਔਰ ਰਿਐਲਿਟੀ ਸ਼ੋਅਜ਼ ਦੀ ਜੇ ਮੈਂ ਗੱਲ ਕਰਨਾ ਚਾਹਾਂ ਇੱਕ ਟਾਈਮ 'ਤੇ ਚਿੱਤਰਹਾਰ ਆਉਂਦਾ ਸੀਗਾ ਹੈ ਨਾ ਗਾਣਿਆਂ ਦੀ ਜੇਕਰ ਗੱਲ ਕਰੀਏ ਤੁਹਾਡੀ ਜ਼ਿੰਦਗੀ ਦੇ ਵਿੱਚ ਜੇ ਗਾਇਕੀ ਦੀ ਗੱਲ ਕਰੀਏ ਕਿਹੜੇ ਸ਼ੋਅ ਨੇ ਪ੍ਰਭਾਵ ਪਾਇਆ ਸੀ ਕਿਹਨੂੰ ਦੇਖ ਕੇ ਤੁਹਾਨੂੰ ਹੋਰ ਜ਼ਿਆਦਾ ਐਕਸਾਈਟਮੈਂਟ ਹੁੰਦੀ ਸੀ ਸਿੰਗਿੰਗ ਨੂੰ ਲੈ ਕੇ ਜਦੋਂ ਮੈਂ ਛੋਟਾ ਜਿਹਾ ਸੀਗਾ ਗੁਲਸ਼ਨ ਕੁਮਾਰ ਜੀ ਟੀ ਸੀਰੀਜ਼ ਦੇ ਓਨਰ ਹੁਣ ਤਾਂ ਰੱਬ ਨੂੰ ਪਿਆਰੇ ਹੋ ਗਏ ਨੇ ਉਹ ਉਹਨਾਂ ਨੇ ਇੱਕ ਸ਼ੋਅ ਚਲਾਇਆ ਸੀ ਟੈਲੈਂਟ ਸਰਚ ਜਿਹਦੀ ਆਪਣਾ ਦੇਣ ਹੈਗੀ ਹੈ ਆਪਣਾ ਮੈਂ ਨਾਂ ਨਹੀਂ ਉਹਨਾਂ ਦੇ ਚੇਤੇ ਆ ਰਿਹਾ ਅੱਜ ਕੱਲ੍ਹ ਅਨੂ ਕਪੂਰ ਜੀ ਕਰਦੇ ਸੀ ਅਨੂ ਕਪੂਰ ਉਹਨਾਂ ਨੂੰ ਹੋਲਡ ਕਰਦੇ ਸੀ ਮੈਨੂੰ ਲੱਗਦਾ ਸੀ ਯਾਰ ਮੈਂ ਇੱਥੇ ਚਲਾ ਜਾਵਾਂ ਮੈਨੂੰ ਕੋਈ ਸਿਲੈਕਟ ਕਰ ਲਏ ਇਹਦੇ 'ਚ ਹੈ ਨਾ ਜੀ ਉਦੋਂ ਮੈਂ ਉਹਨੂੰ ਦੇਖਦਾ ਸੀਗਾ ਨਵਾਂ ਨਵਾਂ ਟੈਲੈਂਟ ਆਉਂਦਾ ਸੀ ਨਵੇਂ ਨਵੇਂ ਉੱਥੋਂ ਟੀ ਸੀਰੀਜ਼ ਦਾ ਜਨਮ ਹੋਇਆ ਮਤਲਬ ਹਾਂਜੀ ਉੱਥੋਂ ਗਰੋ ਕੀਤਾ ਉਹਨਾਂ ਨੇ ਜੀ ਉਹ ਮੈਨੂੰ ਲੱਗਦਾ ਸੀ ਯਾਰ ਮੈਂ ਸ਼ੋਅ 'ਚ ਜਾ ਕੇ ਗਾਵਾਂ ਜੀ ਹਾਲਾਂਕਿ ਮੈਨੂੰ ਉਸ ਟਾਈਮ ਪਤਾ ਨਹੀਂ ਸੀਗਾ ਕਿ ਕਿੱਦਾਂ ਕੀ ਕਰਨਾ ਕੀ ਨਹੀਂ ਇੱਦਾਂ ਦੇ ਸ਼ੋਅ ਮੈਨੂੰ ਵਧੀਆ ਲੱਗਦੇ ਸੀ ਉਸ ਤੋਂ ਬਾਅਦ ਜਦੋਂ ਰਿਐਲਿਟੀ ਸ਼ੋਅ ਹੋਇਆ ਇੱਕ ਆਵਾਜ਼ ਪੰਜਾਬ ਦੀ ਹਾਂਜੀ ਫਿਰ ਮੈਂ ਉਹਦੇ 'ਚ ਗਿਆ ਮੈਂ ਸੀਗਾ ਰਣਜੀਤ ਬਾਬਾ ਸੀਗਾ ਅਮਰਿੰਦਰ ਬੋਵੀ ਫਿਰ ਆਪਾਂ ਉਹਦੇ ਟੌਪ 10 ਤੱਕ ਪਹੁੰਚੇ ਹਾਂ ਜੀ ਸੋ ਉਹ ਵੀ ਆਪਣੇ ਆਪ ਦੇ ਵਿੱਚ ਖੁਸ਼ੀ ਹੋਏਗੀ ਬਿਲਕੁਲ ਖੁਸ਼ੀ ਤੇ ਜਦੋਂ ਆਪਣੇ ਆਪ ਨੂੰ ਪਹਿਲੀ ਵਾਰ ਟੈਲੀਵਿਜ਼ਨ ਦੇ ਵਿੱਚ ਵੇਖਿਆ ਮੈਂ ਉਦੋਂ ਰਿਐਲਿਟੀ ਸ਼ੋਅ 'ਚ ਹੀ ਆਪਣੇ ਆਪ ਨੂੰ ਵੇਖਿਆ ਸੀਗਾ ਮੇਰੀ ਸਿਲੈਕਸ਼ਨ ਹੋਈ ਸੀਗੀ
जज सिगे मैम जसपिंदर नरुला जी, मलकीत सिंह जी, हंसराज हंस जी और जयदेव कुमार जी, ये जज सिगे। जदों 2-3 हज़ार बच्चा ने चंडीगढ़ ऑडिशन दिता तो साड़ी सिलेक्शन हुई है, उदो इन्ना चा चढ़ गया कि पता नहीं की होया जी। उस तो बाद जो साड़ा पहला एपीसोड टीवी ते आया, पिंड कट्ठा कर लिया सीगा। अच्छा। सर ये गल है 2007-08 दी गल जी, सारा पिंड इकट्ठा कर लिया उत्थे रिश्तेदार सोइल, मैं क्या काम नबेड़ दो, मैं तो अनाउंसमेंट करवाती सी गुरुद्वारे इन्ना चा सी मैं क्या भी मैं टीवी ते आना, मैं अपने भाई जी नूं कहता सीगा भी अनाउंसमेंट कर दे मेरी भी साडे पिंड दा मुंडा टीवी ते आऊगा जी। ਉਹ ਮਤਲਬ ਬਹੁਤ ਜ਼ਿਆਦਾ ਖੁਸ਼ੀ ਸੀ ਉਹਦਾ। ਕੀ ਬਾਤ ਹੈ। ਸੋ ਇਸ ਦੇ ਨਾਲ ਹੀ ਇਸ ਗੱਲਬਾਤ ਨੂੰ ਇੱਥੇ ਬਾਈਂਡ ਅਪ ਕਰਾਂਗੇ, ਲੇਕਿਨ ਕਿਹੜਾ ਗੀਤ ਤੁਸੀਂ ਆਪਣਾ ਟੀਵੀ ਤੇ ਵੇਖਿਆ ਸੀ ਪਰਿਵਾਰ ਨਾਲ ਬਹਿ ਕੇ ਤਾਂ ਤੁਹਾਨੂੰ ਬਹੁਤ ਖੁਸ਼ੀ ਹੋਈ ਸੀ ਉਸ ਗੀਤ ਦੇ ਨਾਲ? ਮੇਰਾ ਜਦੋਂ ਇੱਕ ਗਾਣਾ 2010-11 'ਚ ਇੱਕ ਮਲਟੀ ਐਲਬਮ ਸੀਗੀ, ਮੈਂ ਸੀਗਾ ਉਹਦੇ 'ਚ, ਲੈਂਬਰ ਭਾਜੀ, ਦਿਲਜੀਤ ਵੀਰਾ, ਮਿਸ ਪੂਜਾ, ਸੁਰਿੰਦਰ ਛਿੰਦਾ ਜੀ, ਕਾਫੀ ਆਰਟਿਸਟ ਸੀਗੇ ਉਹਦੇ 'ਚ, ਇੰਦਰਜੀਤ ਨਿੱਕੂ ਜੀ ਵੀ ਸੀਗੇ। ਉਹ ਗਾਣਾ ਮੇਰਾ ਜਦੋਂ ਚੱਲਿਆ, ਗੋਰੀ ਦੀਆਂ ਗੋਰੀਆਂ ਬਾਹਾਂ 'ਚ ਕੰਗਣਾ, ਕੰਗਣੇ ਦੇ ਮਿੱਤਰਾਂ ਦਾ ਨਾਂ ਲਿਖਿਆ ਹੈ ਨਾ, ਉਦੋਂ ਕੀ ਹੁੰਦਾ ਐਕਸਕਲੂਸਿਵ ਚੱਲਦਾ ਹੁੰਦਾ ਸੀ ਚੈਨਲ 'ਤੇ, ਅਤੇ ਜਦੋਂ ਗਾਣਾ ਹਿੱਟ ਹੁੰਦਾ ਸੀ ਉਹਦੀ ਉਹ ਰਿਪੀਟ ਵਧਾ ਦਿੰਦੇ ਸੀਗੇ ਜੀ। ਪਹਿਲੇ 2-3 ਦਿਨ ਐਕਸਕਲੂਸਿਵ ਮੇਰਾ ਗਾਣਾ ਚੱਲਿਆ, ਉਸ ਤੋਂ ਬਾਅਦ ਗਾਣਾ ਹਿੱਟ ਹੋ ਗਿਆ, ਹਰ ਅੱਧੇ ਘੰਟੇ ਬਾਅਦ ਜਦੋਂ ਟੀਵੀ 'ਤੇ ਗਾਣਾ ਆ ਰਿਹਾ ਸੀਗਾ, ਅਤੇ ਉਹ ਖੁਸ਼ੀ ਨਹੀਂ ਮੈਂ ਦੱਸ ਸਕਦਾ ਕਿ ਪਹਿਲਾ ਤੁਹਾਡਾ ਜੋ ਸੁਪਰ ਹਿੱਟ ਗਾਣਾ ਇੰਨਾ ਟੀਵੀ 'ਤੇ ਆ ਰਿਹਾ, ਲੋਕ ਇੰਨਾ ਪਿਆਰ ਦੇ ਰਿਹਾ। ਉਦੋਂ ਕੀ ਹੁੰਦਾ ਸੀ ਨਾ, ਸੋਸ਼ਲ ਮੀਡੀਆ ਬੜਾ ਘੱਟ ਸੀਗਾ, ਫੇਸਬੁੱਕ ਤਾਂ ਆ ਗਈ ਸੀ 10-11 'ਚ, ਉੱਥੇ ਸਕਰੀਨ 'ਤੇ ਜਦੋਂ ਟੀ ਵੀ 'ਤੇ ਐਡ ਦਿੰਦੇ ਸੀ ਨੰਬਰ ਦਿੰਦੇ ਸੀ ਆਪਣਾ, ਅਤੇ ਉਹ ਮੈਂ ਲੋਕ ਕਾਲ ਕਰਦੇ ਸੀ ਹੈ, ਮੈਂ ਫੋਨ ਚੱਕਦਾ ਸੀ ਵੀ ਵਾਹ ਕਿਆ ਫੀਲਿੰਗ ਹੈ, ਮੈਂ ਇੰਨੇ ਫੈਨ ਮੈਸੇਜ ਕਰਦੇ ਸੀਗੇ, ਉਹ ਵਾਲੀ ਫੀਲਿੰਗ ਬੜੀ ਘੈਂਟ ਸੀ। ਸੋ ਗਾਣੇ ਦੇ ਨਾਲ? ਹਾਂ ਬਿਲਕੁਲ, ਉਹ ਗਾਣਾ ਮੈਂ ਜ਼ਰੂਰ ਸੁਣਾਵਾਂਗਾ। ਚੋਰੀ ਚੋਰੀ ਲਿਖਵਾ ਕੇ ਹੁਣ ਰੱਖਦੀ ਛੁਪਾ ਕੇ, ਚੋਰੀ ਲਿਖਵਾ ਕੇ ਹੁਣ ਰੱਖਦੀ ਛੁਪਾ ਕੇ, ਜੇ ਉਹ ਸਾਡੇ ਉੱਤੇ ਮਰਦੀ ਏ ਤਾਂ ਲਿਖਿਆ, ਗੋਰੀ ਦੀਆਂ ਗੋਰੀਆਂ ਬਾਹਾਂ 'ਚ ਕੰਗਣਾ, ਕੰਗਣੇ ਤੇ ਮਿੱਤਰਾਂ ਦਾ ਨਾਂ ਲਿਖਿਆ, ਗੋਰੀ ਦੀਆਂ ਗੋਰੀਆਂ ਬਾਹਾਂ 'ਚ ਕੰਗਣਾ, ਕੰਗਣੇ ਤੇ ਮਿੱਤਰਾਂ ਦਾ ਨਾਂ ਲਿਖਿਆ। ਕਿਆ ਬਾਤ ਹੈ। ਸੋ ਗਾਣਾ ਵਾਕਈ ਬੜਾ ਹਿੱਟ ਹੋਇਆ ਸੀ, ਤੁਹਾਡੇ ਕੁਝ ਗਾਣੇ ਇੰਨੇ ਜ਼ਿਆਦਾ ਮਤਲਬ ਯੂਥ ਵੱਲੋਂ ਪਸੰਦ ਕੀਤੇ ਗਏ ਸੀ ਕਿ ਅੱਜ ਵੀ ਉਹ ਜਿਹੜੇ ਹੈਗੇ ਨੇ ਉਹ ਉਸੇ ਚਾਹ ਅਤੇ ਉਸੇ ਫੀਲ ਦੇ ਨਾਲ ਸੁਣੇ ਜਾਂਦੇ ਨੇ। ਬਿਲਕੁਲ, ਜਦੋਂ ਇਹ ਗਾਣਾ ਮੇਰਾ ਹਿੱਟ ਹੋਇਆ ਬੜੀ ਖੁਸ਼ੀ ਹੋਈ, ਔਰ ਉਸ ਤੋਂ ਬਾਅਦ ਲਾਸਟ ਈਅਰ ਅੰਦੋਲਨ 'ਚ ਜਿਹੜਾ ਦਿੱਲੀ ਨਹੀਂ ਜਿੱਤ ਕੇ ਪੰਜਾਬ ਚੱਲਿਆ, ਉਹ ਗਾਣਾ ਮੇਰਾ ਸਭ ਦਿਲ ਦੇ ਕਰੀਬ ਹੈ ਮੇਰੇ, ਹੈ ਨਾ, ਇੱਕ ਇਤਿਹਾਸਿਕ ਮੂਮੈਂਟ ਸੀਗਾ ਜਦੋਂ ਸਾਰੇ ਉਸ 'ਤੇ ਭੰਗੜੇ ਪਾਉਂਦੇ ਆ ਰਹੇ ਸੀਗੇ ਦਿੱਲੀ ਤੋਂ, ਉਹ ਇੱਕ ਬਹੁਤ ਹੀ ਵਧੀਆ ਯਾਦ ਹੈ ਮੇਰੀ ਜ਼ਿੰਦਗੀ ਦੀ। ਤੇ ਉਸ ਯਾਦ ਨੂੰ ਥੋੜਾ ਜਿਹਾ ਆਪਾਂ ਤਾਜ਼ਾ ਕਰ ਲੈਂਦੇ? ਬਿਲਕੁਲ ਕਰਦੇ ਆ। ਹੋ ਬਾਰਡਰਾਂ ਤੇ ਜਿਵੇਂ ਨੀ ਜਵਾਨ ਡਟਿਆ, ਵਿਹੜੇ ਵਿੱਚ ਤੇਰੇ ਨੀ ਕਿਸਾਨ ਡਟਿਆ, ਉਹ ਤੇਰੀ ਹਿੱਕ ਉੱਤੇ ਲਿਖ ਜਿੰਦਾਬਾਦ ਚੱਲਿਆ ਨੀ ਤੈਨੂੰ ਦਿੱਲੀਏ, ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ ਨੀ ਤੈਨੂੰ ਦਿੱਲੀਏ, ਤੈਨੂੰ ਲੰਗਰ ਛਕਾ ਕੇ ਅੱਤਵਾਦ ਚੱਲਿਆ ਨੀ ਤੈਨੂੰ ਦਿੱਲੀਏ, ਕਹਿੰਦਾ ਪਿੰਦਰ ਹਿਲਾ ਕੇ ਤੇਰਾ ਤਾਜ ਚੱਲਿਆ ਨੀ ਤੈਨੂੰ ਦਿੱਲੀਏ, ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ ਨੀ ਤੈਨੂੰ ਦਿੱਲੀਏ। ਕਿਆ ਬਾਤ ਹੈ, ਬਹੁਤ ਖੂਬ। ਵਾਕਈ ਇਹ ਗਾਣਾ ਅੱਜ ਵੀ ਸੁਣ ਕੇ ਨਾ ਉਹੀ ਇੱਕ ਚਾਅ ਜਿਹਾ ਅੰਦਰ ਕਹਿ ਸਕਦੇ ਹਾਂ। ਬਿਲਕੁਲ, ਹੁਣ 1 ਸਾਲ ਤੋਂ ਬਾਅਦ ਅੰਦੋਲਨ ਚੱਲਿਆ ਸੀ, ਸਾਰਿਆਂ ਦੇ ਜਜ਼ਬਾਤ, ਅਰਮਾਨ, ਫੀਲਿੰਗ, ਸਟਰਗਲ ਜੁੜਿਆ ਹੋਇਆ ਸੀ ਨਾਲ, ਔਰ ਸ਼ੁਕਰਗੁਜ਼ਾਰ ਹਾਂ ਸੱਚੇ ਪਾਤਸ਼ਾਹ ਦੇ, ਸਾਡੀ ਝੋਲੀ ਇੰਨਾ ਵਧੀਆ ਗਾਣਾ ਉਹਨੇ ਪਾਇਆ, ਔਰ ਬਿੰਦਰ ਮਾਨ ਜੀ ਜਿਨ੍ਹਾਂ ਨੇ ਲਿਖਿਆ, ਔਰ ਸਨੀ ਨਾਗਰਾ ਜੀ ਜਿਨ੍ਹਾਂ ਨੇ ਮਿਊਜ਼ਿਕ ਬਣਾਇਆ ਜੀ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨ ਦੇ ਲਈ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਵਿੱਚ ਅਸੀਂ ਟੈਲੀਵਿਜ਼ਨ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਦੇਖੀਆਂ, ਇੱਕ ਆਪਣਾ ਸਟਰਗਲ ਸੀਗਾ ਸ਼ੋਜ਼ ਦੀ ਗੱਲ ਕਰ ਲਈਏ ਜਾਂ ਟੈਲੀਵਿਜ਼ਨ ਨਾਲ ਹੋਰ ਮੈਮਰੀਜ਼ ਦੀ ਗੱਲ ਕਰ ਲਈਏ, ਔਰ ਉਸ ਤੋਂ ਇਲਾਵਾ ਵੀ ਗਾਣੇ ਸੁਣੇ ਗਏ ਨੇ ਔਰ ਉਸ ਤੋਂ ਇਲਾਵਾ ਬਹੁਤ ਗੱਲਾਂ ਹੋਈਆਂ ਨੇ, ਤੁਹਾਨੂੰ ਕਿਹੋ ਜਿਹੀਆਂ ਲੱਗੀਆਂ ਅਤੇ ਤੁਸੀਂ ਸਾਨੂੰ ਦੱਸੋਗੇ, ਤੁਹਾਡਾ ਫੀਡਬੈਕ ਬਹੁਤ ਵੈਲਿਊਏਬਲ ਹੈ, ਸੋ ਫੀਡਬੈਕ ਕਰਕੇ ਜ਼ਰੂਰ ਦੱਸਿਆ ਕਰੋ। ਫਿਲਹਾਲ ਦੇ ਲਈ ਦਿਓ ਇਜਾਜ਼ਤ, ਜਲਦ ਮਿਲਾਂਗੇ ਕਿਸੇ ਹੋਰ ਨਵੇਂ ਅਤੇ ਵੱਖਰੇ ਕਲਾਕਾਰ ਦੇ ਨਾਲ, ਤੁਹਾਡੀ ਮੁਲਾਕਾਤ ਕਰਵਾਉਂਦੇ ਰਹਾਂਗੇ, ਜਲਦ ਮਿਲਾਂਗੇ। ਫਿਲਹਾਲ ਦੇ ਲਈ ਦਿਓ ਇਜਾਜ਼ਤ, ਆਪਣਾ ਅਤੇ ਆਪਣਿਆਂ ਦਾ ਰੱਖੋ ਖਿਆਲ, ਸਤਿ ਸ਼੍ਰੀ ਅਕਾਲ।